सोनिया
ਸਭ ਦਾ ਤਹਿ ਦਿਲੋਂ ਸ਼ੁਕਰੀਆ ਕੀਤਾ ਜਾਂਦਾ ਹੈ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿਸੇ ਸ਼ਾਇਰ ਨੇ ਲਿਖਿਆ, ਲਾਈ ਹਯਾਤ ਆਏ ਕਦਾ ਲੈ ਚਲੀ ਚਲੀ, ਨਾ ਆਪਣੀ ਰਜ਼ਾ ਸੇ ਆਏ ਨਾ ਆਪਣੀ ਰਜ਼ਾ ਚਲੀ। ਆਦਮੀ ਨੂੰ ਹਯਾਤ ਲਿਆਉਂਦੀ ਹੈ ਅਤੇ ਕਦਾ ਲੈ ਜਾਂਦਾ ਹੈ। ਸਾਡੇ ਪਿਆਰੇ ਸੁਖਦੇਵ ਸਿੰਘ ਧਾਲੀਵਾਲ ਜੀ ਅਤੇ ਤੁਸੀਂ ਸਾਰੇ ਵੀਰ ਅਤੇ ਭੈਣ ਜਿਹੜੇ ਉਹਨਾਂ ਦੇ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕਰਨ ਆਏ ਹਾਂ। ਧਾਲੀਵਾਲ ਸਾਹਿਬ ਬਾਰੇ ਜਿਵੇਂ ਜਤਨ ਸਾਹਿਬ ਦੱਸ ਕੇ ਗਏ ਹੈ, ਪਹਿਲੀ ਗੱਲ ਤਾਂ ਉਹਨਾਂ ਦੇ ਮਿਹਨਤੀ ਸੁਭਾਅ ਨੂੰ, ਉਹਨਾਂ ਦੀ ਦ੍ਰਿੜਤਾ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ, ਕਿਉਂਕਿ ਉਹ ਇਹੋ ਜਿਹੀ ਸ਼ਖਸੀਅਤ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਬਾਣੀ ਗੌੜੀ ਪਾਵਨ ਵੱਖਰੀ ਵਿੱਚ ਪਾਤਸ਼ਾਹ ਦਾ ਬੜਾ ਸੁੰਦਰ ਸ਼ਬਦ ਹੈ, ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇਹ ਕਾ ਫਿਲਮ ਨਾ ਕਰਿ ਉਮੀਦ ਨਹਿਮਾਨ। ਸਾਰੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੇ ਤੋਂ ਪਹਿਲਾਂ ਧਾਲੀਵਾਲ ਸਾਹਿਬ ਬਾਰੇ ਸਾਰਾ ਧਿਆਨ ਕਰ ਦਿੱਤਾ, ਮੈਂ ਤਾਂ ਉਹਨਾਂ ਬਾਰੇ ਪਿਛਲੇ ਲੰਬੇ ਸਮੇਂ ਤੋਂ ਮਿਲਦੇ ਆਏ ਹਾਂ। ਜੋ ਦਸੰਬਰ ਦੇ ਵਿੱਚ ਅਸੀਂ ਇੱਕ ਮੈਰਿਜ 'ਤੇ ਗਏ, ਸਾਰੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਜਿੰਨੇ ਵੀ ਮੈਂਬਰ ਸੀਗੇ, ਉਸ ਮੈਰਿਜ ਦੇ ਵਿੱਚ ਤਕਰੀਬਨ ਇੱਕ ਘੰਟਾ ਧਾਲੀਵਾਲ ਸਾਹਿਬ ਨੇ ਛੱਕ ਕੇ ਜਾਵੇ ਔਰ ਚਾਹ ਦਾ ਲੰਗਰ ਹੈ, ਸਾਰੇ ਚਾਹ ਦਾ ਲੰਗਰ ਛੱਕੇ ਤੋਂ ਬਿਨਾਂ ਕੋਈ ਵਿਅਕਤੀ ਨਾ ਜਾਵੇ। ਹੁਣ ਦੇਖ ਵਰਤੇਗੀ, ਉਸ ਤੋਂ ਬਾਅਦ ਵੀ ਪ੍ਰਸ਼ਾਦਾ ਔਰ ਚਾਹ ਪਾਣੀ ਪੀ ਕੇ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
दंडोत बंदन अनुवा सर्व सर्व कला समरथ दोलनते Hey.
Yeah.
ਸੰਸਾਰ ਤੋਂ ਯਾਤਰਾ ਕਰਦਿਆਂ ਹੋਇਆਂ
ਪਿਛਲੇ ਦਿਨੀ ਪ੍ਰਭੂ ਪਰਮਾਤਮਾ ਜੀ ਦੇ ਅਟਲ ਹੁਕਮ ਅਨੁਸਾਰ ਦੇਹਾ ਕੀ ਲਿਖਿਆ ਦੇਹਾ ਹੁਕਮ ਹੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਅਕਾਲ ਚਰਣ ਕਰਦੇ ਸੀ ਇਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਆਪਾਂ ਗੁਰਦੁਆਰਾ ਭਾਈ ਵਾਲਾ ਜੀ ਦੇ ਸਥਾਨਾਂ 'ਤੇ ਪਹੁੰਚੇ ਹਾਂ। ਆਪ ਜੀ ਨੇ ਕੀਰਤਨ ਰਾਣ ਸਭ ਸਰਵਣ ਕੀਤਾ ਹੈ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਟੇ ਇੱਕ ਲਹਿਰ ਵਿਆ ਇਹ ਸੰਸਾਰ ਦੀ ਜੋ ਰੀਤ ਹੈ ਸਭ ਸੰਗ ਜੀ ਝੂਠੀ ਹੈ ਬਿਰਸਨ ਹਾਰ ਹੈ ਇਹਦੇ ਇੱਕ ਦਿਨ ਬਿਰਸ ਜਾਣਾ ਹੈ ਜੋ ਆਇਆ ਸਭ ਜੰਗ ਸੀ ਸਭ ਕੋਈ ਆਈ ਮਾਰੀ ਸਾਰੇ ਹੀ ਆਪਾਂ ਮੌਤ ਦੀ ਲਿਸਟ ਦੇ ਉੱਤੇ ਲੱਗੇ ਨਾ ਸਭ ਸੰਗ ਕੋਈ ਆਉਂਦੇ ਪਤਾ ਨਹੀਂ ਕਦੋਂ ਕਿੱਥੇ ਕਿਹਦੀ ਵਾਰੀ ਆ ਜਾਣੀ ਇਹ ਕੋਈ ਪਤਾ ਮਰਨ ਲਿਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ ਮਨ ਇਨਸਾਨ ਦੀ ਪਦੈ ਬਾਅਦ ਹੁੰਦੀ ਹੈ ਪਹਿਲਾਂ ਉਹਦਾ ਮਰਨ ਲਿਖਾਇਆ ਜਾਂਦਾ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਕਿ ਤੂੰ ਵਾਪਸ ਭਾਈ ਕਲਮ ਆਉਣਾ ਹੈ ਵਾਪਸ ਆਉਣ ਦੀ ਤਰੀਕ ਸਾਧ ਸੰਗ ਦੀ ਧਰਮ ਰਾਜ ਦੇ ਲਿਖੀ ਜਾਂਦੀ ਹੈ ਫਿਰ ਜਦੋਂ ਪ੍ਰਭੂ ਪਰਮਾਤਮਾ ਦਾ ਬੁਲਾਵਾ ਆ ਗਿਆ ਸਤ ਸੰਗ ਉਹਦਾ ਹੁਕਮ ਆ ਗਿਆ ਸਾਰਾ ਕੁਛ ਉਹਦੇ ਹੁਕਮ ਦੇ ਅਧੀਨ ਹੀ ਹੋ ਰਿਹਾ ਸਤ ਸੰਗ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਰੱਖਣ ਜਿਹੜੀ ਪ੍ਰਕਿਰਤੀ ਹੈ ਸਾਰੀ ਉਹਦੇ ਹੁਕਮ ਦੇ ਅਧੀਨ ਚੱਲ ਰਹੀ ਹੈ ਪਸ਼ੂ ਪੰਛੀ ਹਵਾ ਪਾਣੀ ਜਿਤਨੀ ਵੀ ਸ੍ਰਿਸ਼ਟੀ ਹੈ ਸਾਰੀ ਉਹਦੇ ਹੁਕਮ ਦੇ ਅੰਦਰ ਹੈ ਇਸ ਤਰ੍ਹਾਂ ਇਨਸਾਨ ਵੀ ਉਸ ਪ੍ਰਭੂ ਪਰਮਾਤਮਾ ਕੋਲ ਚਾਰ ਦਿਨ ਦੇ ਸਵਾਲ ਨੂੰ ਲਿਖਾ ਕੇ ਲਿਆਉਂਦਾ ਹੈ ਹਰ ਸੁੱਖ ਚਲੇ ਜਾਣਾ ਹੈ ਜਗ ਰਚਨਾ ਸਭ ਝੂਠ ਹੈ ਨੌਵੇਂ ਪਾਤਸ਼ਾਹ ਗੁਰਦੇਵ ਜੀ ਪ੍ਰਮਾਣ ਕਰਦੇ ਇਹ ਸੰਸਾਰ ਦੀ ਜੋ ਰੀਤ ਹੈ ਸਤਸੰਗ ਜੀ ਬਿਰਸਨ ਹਾਰ ਹੈ ਝੂਠੀ ਹੈ ਇਹ ਇੱਧਰ ਨਹੀਂ ਰਹਿਣਾ ਦੁਨੀਆਂ ਦੇ ਪੀਰ ਪੈਗੰਬਰ ਔਲੀਏ ਆਏ ਅਖੀਰ ਸਾਰੇ ਆਏ ਜਾਣਾ ਰਾਜਾ ਅਜਾ ਸਮ ਕਰ ਮਾਰੇ ਐਸੋ ਪਾਰ ਮੈਡਾਨਾ ਪੂਰ ਰਾਜਾ ਪੂਰ ਪਰਜਾ ਗੁਰਾਂ ਬੰਦੀ ਮਾਰਾ ਮੰਦਰ ਪੂਰ ਸਭ ਸੰਸਾਰ ਸਾਰਾ ਸੰਸਾਰ ਹੈ ਜੋ ਸਾਧ ਸੰਗ ਜੀ ਇਹ ਪੂਰ ਹੈ ਮਿੱਥਿਆ ਹੈ ਬਿਨਸਨ ਹਾਰ ਹੈ ਇਹਦੀ ਕੋਈ ਮਰਿਆਦ ਨਹੀਂ ਹੈਗੀ ਕੋਈ ਡਿਗਰੀ ਨਹੀਂ ਹੈਗੀ ਦਰਿਆਵੀ ਵਸਤੂਆਂ ਦੀ ਸਤਸੰਗ ਦੀ ਕੋਈ ਨਾ ਕੋਈ ਮਰਿਆਦ ਕੋਈ ਨਾ ਕੋਈ ਡਿਗਰੀ ਪੂਰੀ ਪਾਇਆ ਜਿਹੜਾ ਪੰਜ ਤੱਤਾਂ ਦੁਆਰਾ ਸਰੀਰ ਬਣਿਆ ਹੋਇਆ ਸਾਡਾ ਇਹਦੀ ਕੋਈ ਸਜਾਣਾ ਇਤਨਾ ਕਰਾਂਗੇ ਇਸ ਤਰ੍ਹਾਂ ਕੱਚੇ ਭਾਂਡੇ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ ਸਤਸੰਗ ਕਦੋਂ ਉਹਨੇ ਪੁੱਟ ਜਾਣਾ ਹੈ ਮੈਨੂੰ ਸਜਾਣਾ ਹੈ ਇਸੇ ਤਰ੍ਹਾਂ ਇਹ ਸਾਡਾ ਸਰੀਰ ਹੈ ਜਿਹੜਾ ਪੰਜ ਤੱਤਾਂ ਤੋਂ ਬਣਿਆ ਹੈ ਪੰਜ ਤੱਤਾਂ ਦੇ ਵਿੱਚ ਸਮਾ ਜਾਣਾ ਇਹ ਕਿਹਦੀ ਕੋਈ ਮਰਿਆਦ ਨਹੀਂ ਹੈਗੀ ਕੋਈ ਡਿਗਰੀ ਨਹੀਂ ਹੈਗੀ ਪਰ ਉਹ ਇਹਨੇ ਪੁੱਟ ਜਾਣਾ ਹੈ ਮੈਨੂੰ ਸਜਾਣਾ ਹੈ ਇਹ ਪ੍ਰਭੂ ਪਰਮਾਤਮਾ ਨੂੰ ਪਤਾ ਬਹੁਤ ਇਸ ਕਿਹਦੀ ਨੌਜਵਾਨ ਐਕਸੀਡੈਂਟ ਦਾ ਮਰਦਾ ਬਿਮਾਰੀ ਦਾ ਮਰਦਾ ਜਾਂ ਹੋਰ ਕਿਸੇ ਵਿਧੀ ਨਾ ਮਰ ਸਤ ਸਤ ਇਹ ਸਾਨੂੰ ਨਹੀਂ ਪਤਾ ਇਹਦਾ ਪ੍ਰਭੂ ਪਰਮਾਤਮਾ ਨੇ ਆਪਣੇ ਹੱਥ ਦੇ ਆਪਣੇ ਪਰਤਾਉਣ ਦੇ ਅੰਦਰ ਪਰ ਅਮੀਰ ਜੀ ਇਸੇ ਪ੍ਰਕਾਰ ਬੜਾ ਸੁੰਦਰ ਬਿਆਨ ਕਰਦੇ ਹਨ ਕਵੀ ਨੂੰ ਕਿਹਾ ਜਾਣਾ ਕਿਉਂ ਮਰਨੇ ਐਸਾ ਮਰ ਬਹੁਤ ਉਸ ਤਰ੍ਹਾਂ ਹੋਈਆਂ ਸਰ ਸਾਨੂੰ ਸਾਨੂੰ ਕੋਈ ਪਤਾ ਨਹੀਂ ਇਹਦਾ ਉੱਤਰ ਵੀ ਦੇ ਰਹੇ ਨੇ ਭਗਤ ਕਬੀਰ ਜੀ ਕਿ ਜੇਕਰ ਸਾਰੇ ਭਗਤ ਨਾ ਵਿਸਰੇ ਤਾਂ ਜੋ ਵੀ ਰੱਖੇ ਤਾਂ ਤੈਨੂੰ ਬਹੁਤ ਸੁਖਾਈ ਮਿਲ ਸਕਦੀ ਜਗ ਰੱਖ ਸਭ ਝੂਠ ਹੈ ਜਾਨ ਰੇ ਕੋਰੇ ਮੀਤ ਕਹਿ ਨਾਨਕ ਕਹਿ ਨਾਨਕ ਜੋ ਬਾਸਵਾਹੀ ਭੀਤ ਨਾਮ ਗੁਰੂ ਰਾਮ ਕੋ ਜਪ ਕਰ ਬਹੁ ਪਰਵਾਹ ਬਹੁ ਨਾਨਕ ਤੇ ਕਚ ਨਹੀਂ ਸੁਪਨੇ ਜਿਉ ਸੰਸਾਰ
ਸਾਰੇ ਉਪਦਰ ਪੂਜ ਕਰ ਕਿਸੇ ਜਿਹੜੇ ਸਾਰੇ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀ ਸਾਰੇ ਆਪੋ ਮੌਤ ਦੀ ਘੜੀ ਤੇ ਵਿੱਚ ਲੱਗੇ ਆਪੋ ਆਪਣੀ ਵਾਰੀ ਸਾਰਿਆਂ ਨੂੰ ਤੇਰੇ ਜਾਣਨਾ ਲੱਗ ਰਾਮ ਕੇ ਉਹ ਰਾਵਣ ਕੇ ਉਹ ਜਾਂ ਕੋ ਬਹੁ ਪਰਵਾਰ ਕਉ ਨਾਮ ਫਿਰ ਕਛੇ ਸੁਪਰੇ ਕਿਉ ਸੰਸਾਰ ਸੁਪਰੇ ਦੀ ਤਰ੍ਹਾਂ ਹੈ ਸੰਸਾਰ ਦੀ ਤਰ੍ਹਾਂ ਪ੍ਰਸਾਦ ਸਾਹਿਬ ਜੀ ਹੋ ਗਈ ਰਾਤ ਨੂੰ ਸੁਪਨਾ ਆਉਂਦਾ ਹੈ ਦਿਨ ਚੜ੍ਹਦੇ ਅੰਮ੍ਰਿਤ ਸਜਾਉਂਦਾ ਹੈ ਇਸੇ ਤਰ੍ਹਾਂ ਸੰਸਾਰ ਹੈ ਜੈਸਾ ਸੁਪਨਾ ਰਹਿਣਗਾ ਐਸਾ ਇਹ ਸੰਸਾਰ ਐਸੋ ਇਹ ਸੰਸਾਰ ਦੇਖਣਾ ਰਹਿਣ ਸੁਪਨੇ ਦੀ ਤਰ੍ਹਾਂ ਇਹ ਇਨਸਾਨ ਦਾ ਜੀਵਨ ਹੈ ਜ਼ਿੰਦਗੀ ਹੈ ਇਹਦੇ ਬਿਨ ਸਜਾਣਾ ਹੈ ਫਿਰ ਨਹੀਂ ਰਹਿਣਾ ਹੈਗਾ ਇੱਕ ਦਿਨ ਇਹ ਜਿਹੜੇ ਜਾਣਾ ਹੈ ਜਿਸ ਤਰ੍ਹਾਂ ਸਤਿਕਾਰ ਜੋ ਸਰਦਾਰ ਸੁਖਦੇਵ ਸਿੰਘ ਧਾਲੀਵਾਲ ਉਹਨਾਂ ਨੂੰ ਜਿਤਨੇ ਵਿਸ਼ਵਾਸ ਪ੍ਰਭੂ ਪਰਮਾਤਮਾ ਨੇ ਦੇ ਕੇ ਇਸ ਸੰਸਾਰ ਤੇ ਭੇਜਿਆ ਸੀਗਾ ਜਦੋਂ ਪ੍ਰਭੂ ਪਰਮਾਤਮਾ ਦਾ ਬਣਾਵਾ ਆ ਗਿਆ ਹੁਕਮ ਆ ਗਿਆ ਜਾਣਗੇ ਇਸੇ ਤਰ੍ਹਾਂ ਆਪਾਂ ਨੂੰ ਚਲੇ ਜਾਣਾ ਤੇ ਰਹਿਣਾ ਕਿਸੇ ਦਿਨ ਸਾਰੇ ਪਾਸੇ ਰਹਿਣਾ ਸਾਰੇ ਇੱਕ ਦਿਨ ਇੱਥੋਂ ਜਿਹੜੇ ਜਾਣ ਨਾਮ ਰਹੋ ਸਾਧੂ ਕੇ ਹੋ ਰਹੇ ਹੋ ਗੁਰੂ ਗੋਬਿੰਦ ਕਉ ਨਾਨਕ ਕੇ ਜਗ ਜਨ ਦਿਨ ਜਪਿਓ ਗੁਰਮਤਿ ਨਾਮ ਰਹੋ ਸਦਾ ਰਹਿਣਾ ਤੇ ਪ੍ਰਭੂ ਪਰਮਾਤਮਾ ਦਾ ਜਿਹੜੇ ਨਾਮ ਜਪ ਕੇ ਜਾਂਦੇ ਨੇ ਅਸ਼ਾਈ ਵਾਲੇ ਕਰਮ ਕਰਕੇ ਜਾਂਦੇ ਨੇ ਉਹਨਾਂ ਦਾ ਨਾਮ ਸਦਾ ਸੁਨਹਿਰੀ ਅੱਖਰਾਂ ਦੇ ਵਿੱਚ ਅਮਰ ਰਹਿੰਦਾ ਹੈ ਸਤਸੰਗ ਜਿਹੜੇ ਦੁਨੀਆਂ ਦੇ ਵਿੱਚ ਕੋਈ ਨਾ ਕੋਈ ਕਾਰਨਾਮੇ ਕਰਕੇ ਜਾਂਦੇ ਨੇ ਉਹਨਾਂ ਦਾ ਨਾਮ ਸਦਾ ਹੀ ਦੁਨੀਆਂ ਦੇ ਵਿੱਚ ਅਟਲ ਰਹਿੰਦਾ ਹੈ ਜਗ ਰਤਨਾ ਸਭ ਝੂਠ ਹੈ ਜਾਨ ਰੋਰੀ ਮੀਤ ਹੈ ਨਾਨਕ ਤੇਰਾ ਨਾਮ ਹੈ ਜੋ ਬਾਜਵਾਹੀ ਭੀਤ ਨਾਮ ਆਪੋ ਬਹੁ ਪਰਵਾਰ ਬਹੁ ਨਾਮ ਤੇ ਪਛਲੇ ਸੁਪਨੇ ਦਿਓ ਸੰਸਾਰ ਇਹ ਸੰਗ ਨਰ ਪ੍ਰਭੂ ਪਰਮਾਤਮਾ ਨੇ ਉਸ ਰਾਮ ਨੂੰ ਵਾਹਿਗੁਰੂ ਦੇ ਹਿਰਦਾ ਦੀ ਲੋੜ ਨੇ
कर सकते असी सिर्फ मेरा सुख मन सकते हो सर सर कोई चारा नहीं इस पाप पर से ना जी चारा ताकसों की देख साधना प्रभु परमात्मा थोड़ा ही साडा जोर नहीं है Thank you.
Oh,
ਪੰਜਾ ਪਿਆਰਿਆਂ ਨੂੰ ਸਾਹਿਬਜ਼ਾਦਿਆਂ ਜਾਣੀਆਂ ਮਦੇ ਕਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਇਹਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲਵਾਈਆਂ ਚਰਕੜੀਆਂ ਤੇ ਜੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਜੀ ਤਹਾਂ ਤਹਾਂ ਸ਼ਰ ਆਏ ਗੁਰੂ ਦੇਵ ਤੇਗ ਫਤਹਿ ਪੰਥ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਕੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵੇਦ ਦਾਨ ਸਾਹ ਦਾਨ ਭਰੋਸਾ ਦਾਨ ਰਮਸ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਟੋਕੀਆਂ ਝੰਡੇ ਗੁਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਈ ਗੁਰੂ ਜੀ ਸਿੱਖਾਂ ਦਾ ਦਾਨੀ ਵਾ ਮਤ ਮਸੀ ਮਤ ਪਤ ਨਾ ਰੱਖਾ ਪਵਾਜੂ ਹੇ ਕਾਲ ਪ੍ਰਭ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਨ ਦਿਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਜੀ ਹੇ ਨਿਵਾਣੀਆਂ ਦੇ ਵਾਲ ਵਿਤਾਣੀਆਂ ਦੇ ਤਾਲ ਨਿਉਂਦੀਆਂ ਦੀ ਓੜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਵੇਲੇ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਜੁਗੜੀ ਬੇਨਤੀ ਹੈ ਸਤਿਗੁਰੂ ਜੀਓ ਜਿਹਾ ਤੇਰੇ ਲਿਖਿਆ ਤਿਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠ ਜਾਏ ਰਾਣਾ ਰਾਉ ਨਾ ਕੋ ਰਹਿ ਰੰਗਨਾ ਤੂੰ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਸੁਖਦੇਵ ਸਿੰਘ ਧਾਲੀਵਾਲ ਸਤਿਗੁਰ ਜੀ ਨੇਕ ਸਵਾਸਾ ਰੂਪੀ ਪੂੰਜੀ ਦੇ ਕੇ ਆਪ ਜੀ ਨੇ ਸੰਸਾਰ ਭੇਜੇ ਸਨ ਸਤਿਗੁਰੂ ਜੀ ਆਪ ਜੀ ਦੀ ਬਖਸ਼ੀ ਹੋਈ ਸਵਾਸਾ ਰੂਪੀ ਪੂੰਜੀ ਨੂੰ ਪੂਰੇ ਕਰਦੇ ਪਿਛਲੇ ਦਿਨੀ ਅਕਾਲ ਚਲਾਣਾ ਕਰਦੇ ਸਨ ਸਤਿਗੁਰੂ ਜੀ ਉਹਨਾਂ ਦੇ ਨਵੇਂ ਤੋਂ ਸਮੂਹ ਪਰਿਵਾਰ ਵੱਲੋਂ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਦੀਵਾਨ ਸਜੇ ਜੀ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਪਵਿੱਤਰ ਇਲਾਹੀ ਗੁਰਬਾਣੀ ਦੇ ਕੀਰਤਨ ਛੇ ਬੋੜੀ ਅਨੁਸਾਰ ਬਾਣੀ ਗਾਇਨ ਕੀਤੀ ਗਈ ਆਪ ਜੀ ਦੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬਿਆਨ ਪ੍ਰਕਾਰ ਦੀਆਂ ਗਲਤੀਆਂ ਬਖਸ਼ ਲੈਣੇ ਦਾ ਚੜ੍ਹਦੀ ਕਲਾ ਵਿੱਚ ਸੇਵਾ ਲੈਣੀ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਮਹੱਤਵ ਸਰਦਾਰ ਸੁਖਦੇਵ ਸਿੰਘ ਧਾਲੀਵਾਲ ਦੀ ਆਤਮਾ ਉੱਤੇ ਆਈਆਂ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਸਮੂਹ ਸੰਗਤਾਂ ਵੱਲੋਂ ਇਹੀ ਅਰਦਾਸ ਸਤਿਗੁਰੂ ਜੀ ਉਹ ਲੇਖੈ ਕਤੈ ਨਾ ਛੁੱਟਿਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਅਬ ਕੀ ਵਾਰ ਬਖਸ਼ ਬੰਦੇ ਕੋ ਹੋਰ ਨਾ ਹੋ ਦਿਲ ਫੇਰਾ ਸੰਬਤ ਸਾਹਾ ਲਿਖਿਆ ਮਿਲ ਕਿਰਪਾਉ ਤੇਲ ਦਿਓ ਸਜਣ ਅਸੀਂ ਸੜਿਆਂ ਜੋ ਮੈਂ ਸਾਹਿਬ ਸੁਮੇਲ ਸਤਿਗੁਰੂ ਜੀ ਆਪ ਜੀ ਕਿਰਪਾ ਕਰਨਾ ਸਰਦਾਰ ਸੁਖਦੇਵ ਸਿੰਘ ਧਾਲੀਵਾਲ ਕੋ ਸੰਸਾਰ ਵਿੱਚ ਵਿਚਰਦਿਆਂ ਹੋਈਆਂ ਜਾਣੇ ਅਣਜਾਣੇ ਚ ਬਿਆਨ ਪ੍ਰਕਾਰ ਦੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ ਆਵਾਗੁਣ ਦੇ ਚੱਕਰਾਂ ਤੋਂ ਮੁਕਤ ਕਰਾਉਣਾ 84 ਲੱਖ ਗੁਨਾਹ ਤੋਂ ਬਚਾਉਣਾ ਪਰਿਵਾਰ ਨੂੰ ਭਾਣਾ ਹੋਣ ਦੀ ਸਮਰੱਥਾ ਬਖਸ਼ਣੀ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਦ ਰੱਖਣਾ ਜੀ ਪਰਿਵਾਰ ਵਿੱਚ ਏਕਤਾ ਪਿਆਰ ਬਖਸ਼ਣਾ ਜੀ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸਾਦ ਦੀ ਦੇਗ ਸਦਕੇ ਹਾਜ਼ਰ ਹੈ ਜੀ ਦਰ ਪ੍ਰਵਾਨ ਕਰੋ ਦਰ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚੋਂ ਅਰਦਾਸ ਦੀ ਅੱਗੇ ਬਖਸ਼ੋ ਜੋ ਜੀ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਇਸ ਵੇਲੇ ਕਰੋ ਕਿਰਪਾ ਪਵਿੱਤਰ ਇਲਾਹੀ ਮੁੱਖ ਵਾਕ ਗੁਰਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕਰੋ ਜੀ ਸਭਨਾਂ ਨੂੰ ਆਪ ਜੀ ਦੇ ਪਵਿੱਤਰ ਮੁੱਖ ਵਾਕ ਦੇ ਚੱਲਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁਲਤ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਬਰਣੇ ਸਹੀ ਪਿਆਰੇ ਮੇਲ ਜਿਨਾ ਮਿਲੇ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਉਹਨਾਂ ਦੀ
ਸ਼ਰਧਾਂਜਲੀ ਸਮਾਰੋਹ ਦੇ ਵਿੱਚ ਦੂਰ ਦਰਾਜ ਤੋਂ ਆਈ ਮਾਈ ਭਾਈ ਸਾਧ ਸੰਗਤ ਰਿਸ਼ਤੇਦਾਰ ਅਤੇ ਹੋਰ ਜੀਦਾ ਜੀਦਾ ਸ਼ਖਸੀ ਨਾਮ ਜਿਨ੍ਹਾਂ ਨੇ ਸ਼ਮੂਲੀਅਤ ਕਰੀ ਹੈ ਸਭ ਦਾ ਤਹਿ ਦਿਲੋਂ ਸ਼ੁਕਰੀਆ ਕੀਤਾ ਜਾਂਦਾ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿਸੇ ਸ਼ਾਇਰ ਨੇ ਲਿਖਿਆ ਲਾਈ ਹਯਾਤ ਆਏ ਕਰਜ਼ਾ ਲੈ ਚਲੀ ਚਲੀ ਨਾ ਆਪਣੀ ਰਜ਼ਾ ਸੇ ਆਏ ਨਾ ਆਪਣੀ ਰਜ਼ਾ ਚਲੀ। ਆਦਮੀ ਨੂੰ ਹਯਾਤ ਲਿਆਉਂਦੀ ਹੈ ਅਤੇ ਕਜ਼ਾ ਲੈ ਜਾਂਦਾ ਹੈ ਸਾਡੇ ਕੋਲ ਵਿਛੜ ਜਾਂਦਾ। ਜਿੰਨੇ ਸਵਾਸ ਉਹ ਲਿਖਾ ਕੇ ਲਿਆਉਂਦਾ ਉਹਨਾਂ ਸਵਾਸਾਂ ਦੀ ਜਦੋਂ ਸਮੱਗਰੀ ਮੁੱਕ ਜਾਂਦੀ ਹੈ ਤਾਂ ਇਹ ਸੰਸਾਰ ਫਾਨੀ ਸੰਸਾਰ ਨੂੰ ਮਨੁੱਖ ਤੰਗ ਦੁਆਰਾ ਕਹਿ ਕੇ ਚਲਿਆ ਗਿਆ। ਇਸੇ ਤਰ੍ਹਾਂ ਹੀ ਜਿਵੇਂ ਹੁਣ ਬਾਬਾ ਜੀ ਨੇ ਸ਼ਬਦ ਬੋਲਿਆ ਸੀ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇ। ਮਨ ਜਿਹੜਾ ਹੈਗਾ ਹਾਲੀ ਆ ਮਨ ਨੇ ਕਿਰਤ ਕਰਨੀ ਆ ਜਿਵੇਂ ਹਾਲੀ ਹਲ ਚਲਾਉਂਦਾ ਤਾਂ ਉਹ ਕਿਸੇ ਫਸਲ ਦੀ ਉਮੀਦ ਲਈ ਹਲਵਾਉਂਦਾ ਮਨ ਹਾਲੀ ਕਿਰਸਾਣੀ ਕਰਨੀ ਉਹ ਕਿਰਸਾਨੀ ਕਰਦਾ ਜਿਹੜਾ ਮਨ ਦਾ ਨੂੰ ਆਪਦੇ ਨੂੰ ਚਲਾਉਂਦਾ। ਸ਼ਰਮ ਪਾਣੀ ਸ਼ਰਮ ਮਿਹਨਤ ਮਿਹਨਤ ਦਾ ਪਾਣੀ ਹੈ ਤਨ ਖੇਤ ਜਿਹੜਾ ਸਰੀਰ ਆ ਉਸਦਾ ਉਹ ਖੇਤ ਰੂਪੀ ਹੈਗਾ ਉਹਦੇ 'ਤੇ ਸਾਰੀ ਚੀਜ਼ ਦਾ ਉਹ ਅਮਲ ਕਰਦਾ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇ ਨਾਮ ਦਾ ਬੀਜ ਬੀਜਦਾ ਔਰ ਜਦੋਂ ਅਸੀਂ ਫਸਲ ਨੂੰ ਬੀਜਦੇ ਹਾਂ ਅਸੀਂ ਉਹ ਢੱਕਣ ਲਈ ਸੁਹਾਗਾ ਭੇਜਦੇ ਹਾਂ ਉੱਤੋਂ ਤਾਂ ਉਹ ਸੰਤੋਖ ਰੂਪੀ ਹੈ ਔਰ ਗਰੀਬੀ ਰੇਸ ਜਿਹੜਾ ਗਰੀਬੀ ਚ ਰੱਖੇ ਆਦਮੀ ਰਜਾ 'ਚ ਰਹੇ ਆਪਦੇ ਪੈਰ ਨਾ ਛੱਡੇ ਉਸ ਦਾਦੇ ਦਾ ਸ਼ੁਕਰਾਨਾ ਕਰੇ ਉਹ ਗਰੀਬੀ ਦਾ ਬੇਸ ਹੈ। ਇਹ ਸਰਦਾਰ ਸੁਖਦੇਵ ਸਿੰਘ ਧਾਲੀਵਾਲ ਨਾਲ ਜਦੋਂ ਮੇਰੇ ਬਹੁਤ ਪੁਰਾਣੇ ਸੰਬੰਧ ਨੇ ਉਹ ਹਰ ਵਕਤ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਦੋ ਵਕਤ ਝੂਠ ਬੋਲਿਆ ਜਾਂਦਾ ਕਿਸੇ ਬੰਦੇ ਬਾਰੇ। ਇਹ ਮੇਰੇ ਘਰ ਯਾਦ ਹੈ ਮੇਰਾ ਮਿੱਤਰ ਸੀ ਮੇਰਾ ਰਿਸ਼ਤੇਦਾਰ ਵੀ ਸੀ ਮੇਰਾ ਫਰਜ਼ ਬਣਦਾ ਕਿ ਮੈਂ ਉਹ ਗੱਲ ਕਹਾਂ। ਉਹ ਕਹਿੰਦੇ ਹੁੰਦੇ ਇੱਕ ਤਾਂ ਜਦੋਂ ਬੰਦਾ ਰਿਟਾਇਰ ਹੁੰਦਾ ਨਾ ਕੋਈ ਇੱਕ ਤਾਂ ਉਦੋਂ ਝੂਠ ਬੋਲਦੇ ਨੂੰ ਰਾਜੀ ਕਰਦੀ ਦੂਸਰਾ ਜਦੋਂ ਬੰਦਾ ਮਰ ਜਾਂਦਾ ਉਦੋਂ ਝੂਠ ਬੋਲਦੇ ਨੂੰ। ਸੋ ਮੈਂ ਇਹ ਕੁਤਾਹੀ ਨਹੀਂ ਕਰਨੀ ਮੇਰੀ ਸ਼ਰਧਾਂਜਲੀ ਨਹੀਂ ਹੋਊਗਾ ਜੇ ਮੈਂ ਫਾਲਤੂ ਉਹਨਾਂ ਬਾਰੇ ਗੱਲ ਕਰਾਂ ਮੈਂ ਸੱਚੀ ਸੱਚੀ ਗੱਲ ਕਰਾਂ। ਉਹ ਵਿਅਕਤੀ ਰੱਬ ਦੀ ਰਜ਼ਾ 'ਚ ਰਹਿਣ ਵਾਲਾ ਸੀ ਉਹ ਵਿਅਕਤੀ ਸੱਚੀ ਸੁੱਚੀ ਕਮਾਈ ਕਰਨ ਵਾਲਾ ਸੀ ਉਸਨੇ ਆਪਣੇ ਪਰਿਵਾਰ ਨੂੰ ਬਰਸਰੇ ਰੁਜ਼ਗਾਰ ਕਰਿਆ ਪਿੰਡ ਖੇਤੀ ਵੀ ਕਰੀ ਪਹਿਲਾਂ ITI ਦੇ ਵਿੱਚ ਬਤੌਰ ਇੰਸਟਰਕਟਰ ਰਿਟਾਇਰ ਹੋਏ ਸਾਰੇ ਜਿਹੜੇ ਘਰੇਲੂ ਕਿਰਿਆਵਾਂ ਸੀ ਕਾਰੋਬਾਰ ਸੀ ਬੱਚਿਆਂ ਨੂੰ ਸਟੈਬਲਿਸ਼ ਕੀਤਾ ਸਭ ਕੁਛ ਕੀਤਾ ਆਪਦੀ ਦੇਖ ਕਮਾਈ। ਉਸ ਤੋਂ ਬਾਅਦ ਮੇਰਾ ਵਿਆਹ ਮੇਰਾ ਵਾਹ ਪਿਆ ਉਹਨਾਂ ਦੇ ਨਾਲ ਸੰਨ 96-97 ਦੇ ਵਿੱਚ। ਮੈਂ ਜਾਣਦਾ ਸੀ ਕਰਦੇ ਕਰਦੇ ਜਾਣਦਾ ਤਾਂ ਹੁੰਦਾ ਸੀਗਾ ਪਰ ਗੱਲਬਾਤ ਨਹੀਂ ਸੀ ਕਦੇ ਸੀ। ਇੱਥੇ ਰੇਸ ਲਾਉਂਦੇ ਹੁੰਦੇ ਮੈਂ ਵਾਕ ਕਰਦਾ ਹੁੰਦਾ ਸੀ ਇੱਥੇ ਭਗਤ ਸਿੰਘ ਨਗਰ ਉਦੋਂ ਸੜਕਾਂ ਵੀ ਬਹੁਤੀਆਂ ਵਧੀਆ ਨਹੀਂ ਸੀ ਅਤੇ ਮੈਂ ਖੜਾ ਕੇ ਕਿਹਾ ਵੀ ਭਾਈ ਸਾਹਿਬ ਤੁਸੀਂ ਰੇਸ ਲਓ। ਹਾਂਜੀ ਕਹਿੰਦੇ ਮੈਂ ਰੇਸ ਲਓ ਥੋੜ੍ਹੀ ਬਹੁਤ ਕਰਦਾ ਸੀ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਯੂਨੀਵਰਸਿਟੀ ਆ ਗਿਆ ਮੈਂ ਯੂਨੀਵਰਸਿਟੀ ਜਾਂਦਾ ਤੁਸੀਂ ਸ਼ਹਿਰ ਗਿਆ ਵੀ ਉੱਥੇ ਬੜਾ ਸੋਹਣਾ ਮਾਹੌਲ ਹੈ ਨਾਲੇ ਸਲਵਾਰ ਵਗੈਰਾ ਕਰਨਾ ਨਾਲੇ ਰੇਸ ਲਾਉਣ ਨੂੰ ਬੜਾ ਬੜਾ ਟਰੈਕ ਹੈਗਾ ਸਾਫ ਸੁਥਰੀ ਜਗ੍ਹਾ ਇਹ ਫਿਰ ਇਹਨਾਂ ਨੇ ਮੇਰੇ ਨਾਲ ਜਾਣਾ ਸ਼ੁਰੂ ਕਰ ਦਿੱਤਾ। ਫਿਰ ਅਸੀਂ ਸਟੇਟ ਮੀਟਾਂ ਦੇ ਵਿੱਚ ਜਾਂਦੇ ਰਹੇ ਪਹਿਲੀ ਵਾਰ ਮੈਂ ਇਹਨਾਂ ਨੂੰ ਵਰਲਡ ਵਾਰਡ ਲੈ ਕੇ ਗਿਆ ਕੋਈ ਸਾਲ 2000 ਦੇ ਵਿੱਚ ਉੱਥੇ ਇਹਨਾਂ ਨੇ ਦੇਖਿਆ ਫਿਰ ਉਸੇ ਸਾਲ ਵੀ ਮੈਂ ਇਹਨਾਂ ਨੂੰ ਭੋਪਾਲ ਲੈ ਕੇ ਗਿਆ ਨਾਲ ਉਸੇ ਸਾਲ ਵੀ ਫਿਰ ਅਸੀਂ ਏਸ਼ੀਆ ਹੋਈ ਸਾਡੀ ਬੰਗਲੌਰ ਫਿਰ ਅਸੀਂ ਉੱਥੇ ਇਕੱਠੇ ਗਏ। ਇਸ ਤੋਂ ਬਾਅਦ ਫਿਰ ਸਿਲਸਿਲਾ ਇਹ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਕਿਸੇ ਸ਼ਹਿਰ ਨੇ ਲਿਖਿਆ ਘਰ ਸੇ ਚਲੇ ਤੇ ਹਮ ਅਕੇਲੇ ਜਾਗ ਗਏ ਮੰਜ਼ਿਲ ਲੋਕ ਮੇਰੇ ਪਿੱਛੇ ਆਦੇ ਗਏ ਔਰ ਕਾਰੋਬਾਰ ਬੰਦ ਕਰ ਗਿਆ। ਫਿਰ ਇਸ ਤੋਂ ਪਿੱਛੋਂ ਕਾਰਵਾ ਬਣਿਆ ਹੋਰ ਜੁੜੇ ਸਰਦਾਰ ਮਨਿੰਦਰ ਸਿੰਘ ਹੈ ਇਹਨਾਂ ਨੇ ਫਿਰ ਇਹਨੂੰ ਲਾਇਆ ਸਾਡੇ ਨਾਲ ਜਿਹੜਾ ਕਿ ਅੱਜ ਕੱਲ੍ਹ ਇੰਟਰਨੈਸ਼ਨਲ ਅਥਲੀਟ ਹੈ ਦੂਸਰੇ ਇੰਡੀਆ ਦੇ ਵਿੱਚੋਂ ਗੋਲਡ ਮੈਡਲ ਹੁਣੀ ਲੈ ਕੇ ਆਇਆ ਵਾਕ ਦੇ ਵਿੱਚ। ਸੋ ਇਸ ਤਰ੍ਹਾਂ ਐਸੋਸੀਏਸ਼ਨ ਸਾਡੀ ਵੱਧਦੀ ਗਈ
ਇਹਨਾਂ ਨੇ ਫਿਰ ਇੱਥੇ ਇੱਕ ਮਾਡਰਨ ਵਾਕਰ ਕਲਾਬਾਂ ਬਣਿਆ ਸ਼ਹੀਦ ਭਗਤ ਸਿੰਘ ਨਗਰ ਤੇ ਜਿਹੜੇ ਯੰਗ ਟਰਕਸ ਨੇ ਕੁਝ ਛੋਟੀ ਉਮਰ ਦੇ ਬੰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਬਹੁਤ ਵਧੀਆ ਉਪਰਾਲਾ ਕਰਿਆ ਕਿ ਉਹ ਵਾਕ ਕਰਦੇ ਨੇ ਉਹਨਾਂ ਦਾ ਹਰ ਮਹੀਨੇ ਦੇ ਅਖੀਰ ਦੇ ਕੰਪੀਟੀਸ਼ਨ ਕਰਾਉਂਦੇ ਨੇ ਉੱਥੇ ਮਾੜਾ ਮੋਟਾ ਉਹਨਾਂ ਨੂੰ ਥੋੜ੍ਹਾ ਮੋਟਾ ਰਿਫਰੈਸ਼ਮੈਂਟ ਦਿੰਦੇ ਨੇ ਇਹ ਬੜਾ ਸੋਹਣਾ ਮਾਹੌਲ ਬਣਿਆ ਕਈ ਮੁੰਡੇ ਦਾ ਜੀਵਨ ਸੁਧਾਰ ਲਿਆ ਸੋ ਇਹ ਇੱਕ ਚਾਨਣ ਮਨਾਰਾ ਸੀ ਲਾਈਟ ਹਾਊਸ ਸੀ ਆਉਣ ਵਾਲੀ ਪੀੜ੍ਹੀ ਵਾਲੀ ਜਿਹੜਾ ਕਿ ਸਾਡਾ ਸਾਥੋਂ ਹੁਣ ਆਪ ਦਾ ਲੋਕ ਹੋ ਗਿਆ ਪਰ ਉਹਦੇ ਜੜ੍ਹਾਂ ਜਿਹੜੀਆਂ ਨੇ ਉਹ ਕਾਫੀ ਗਹਿਰੀਆਂ ਹੋ ਚੁੱਕੀਆਂ ਹੋਰ ਬੱਚੇ ਲੱਗ ਰਹੇ ਨੇ ਹੋਰ ਦੇਖ ਕੇ ਲੱਗ ਰਹੇ ਨੇ ਸੋ ਮੇਰੀ ਇੱਥੇ ਜਿਹੜੇ ਬੰਦੇ ਬੈਠੇ ਨੇ ਪੁਰਜੋਰ ਅਪੀਲ ਆ ਸਾਰਿਆਂ ਨੂੰ ਜਿਹੜੇ ਦੇ ਆਰ ਫਿਜ਼ੀਕਲੀ ਫਿਟ ਕੀਪ ਯੂਅਰ ਸੈਲਫ ਅਪ ਰਾਈਟ ਤੁਸੀਂ ਕੋਸ਼ਿਸ਼ ਕਰੋ ਹਿੰਮਤ ਕਰੋ ਵਾਕ ਕਰੋ ਰੇਸ ਲਾਓ ਆਪਦੇ ਜਨਮ ਸੁਧਾਰੋ ਦਵਾਈਆਂ ਤੋਂ ਬਚੋ ਮੈਡੀਸਨ ਦਾ ਪਰਹੇਜ ਕਰੋ ਸੋ ਇਹ ਸੁਖਦੇਵ ਸਿੰਘ ਧਾਲੀਵਾਲ ਦੀ ਇਹ ਕਿਰਤ ਸੀ ਸੱਚੀ ਔਰ ਸਵੇਰੇ 3:30-4 ਵਜੇ ਤੋਂ ਉੱਠ ਕੇ ਉਹਨਾਂ ਨੇ ਚਲੇ ਜਾਣਾ ਰੇਸ ਲਾ ਕੇ ਪਹਿਲਾਂ 2-4 ਕਿਲੋਮੀਟਰ ਸੀ ਹੁਣ 21 ਕਿਲੋਮੀਟਰ ਲਾਉਂਦੇ ਸੀ ਸ਼ਾਮ ਦੇ ਰਾਸਤੇ ਨੂੰ ਕਦੇ ਦਿੱਲੀ ਕਦੇ ਮੋਹਾਲੀ ਕਦੇ ਅੰਮ੍ਰਿਤਸਰ ਕਦੇ ਚੰਡੀਗੜ੍ਹ ਇਸ ਤਰ੍ਹਾਂ 21 ਕਿਲੋਮੀਟਰ ਦੀ ਹੁਣ ਰੇਸ ਲਾਉਂਦੇ ਸੀਗੇ 2 ਦਿਨ ਪਹਿਲਾਂ ਜਾਣ ਤੋਂ 1 ਦਿਨ ਪਹਿਲਾਂ ਹੀ ਮੇਰੀ ਵੀ ਸੀਟ ਬੁੱਕ ਸੀ ਉਹਨਾਂ ਦੇ ਨਾਲ ਅਤੇ ਮੈਂ ਕੁਝ ਮੈਨੂੰ ਘਰੇਲੂ ਮੇਰੀ ਵਾਈਫ ਠੀਕ ਨਹੀਂ ਸੀ ਮੈਨੂੰ ਮੈਂ ਕੈਂਸਲ ਕਰਾ ਕੇ ਮਨਿੰਦਰ ਸਿੰਘ ਨੂੰ ਕਹਿ ਕੇ ਵੀ ਮੇਰੇ ਜਾਇਆ ਨਹੀਂ ਸੋ ਮੈਂ ਉਦੋਂ ਦੱਸਦਾ ਸੀ ਬੜਾ ਯੂਨੀਵਰਸਿਟੀ ਅਸੀਂ ਸਿਲੈਕਟ ਕਮੇਟੀ ਦੇ ਵਿੱਚ ਓਫੀਸ਼ੀਅਟ ਕਰ ਰਹੇ ਸੀ ਕਿ ਇਹ ਸਾਡਾ ਆਉਣ ਵਾਲਾ ਫੌਜਾ ਸੀ ਕਹਿੰਦਾ ਵੀ ਨਹੀਂ ਨਹੀਂ ਯਾਰ ਨਹੀਂ ਨਹੀਂ ਯੂ ਆਰ ਵੈਰੀ ਫਿਜ਼ੀਕਲੀ ਫਿਟ ਤੂੰ ਆਉਣ ਵਾਲਾ ਫੌਜਾ ਸੀ ਹੀ ਹੈ ਤੂੰ 42 ਕਿਲੋਮੀਟਰ ਹੀ ਕਰਿਆ ਕਰੇਗਾ ਔਰ 80-90 ਸਾਲ 100 ਸਾਲ ਤੱਕ ਕਿਧਰੇ ਨਹੀਂ ਜਾਂਦਾ ਪਰ ਇਹ ਕਿਸੇ ਨੂੰ ਕੀ ਪਤਾ ਸੀ ਕਿ ਫੌਜਾ ਸਿੰਘ ਸਿਰਫ 2 ਦਿਨ ਵਾਸਤੇ ਜਦੋਂ ਸਵੇਰੇ 7 ਵਜੇ ਮੈਨੂੰ ਮਨਿੰਦਰ ਸਿੰਘ ਨੇ ਫੋਨ ਕੀਤਾ ਕਿ ਅਸੀਂ ਗੱਡੀ ਚੜ੍ਹੇ ਸੀ ਉੱਥੇ ਰਾਤ ਨੂੰ ਵੀ ਧਾਲੀਵਾਲ ਸਾਹਿਬ ਅਸੀਂ ਲੱਭੇ ਨੇ ਕਿਤੇ ਮਿਲੇ ਨੇ ਮੱਥਾ ਠਣਕਿਆ ਉਦੋਂ ਵੀ ਕੋਈ ਮਨ ਦੀ ਭਾਵੀ ਘਟਨਾ ਹੋ ਚੁੱਕੀ ਅਤੇ ਜਦੋਂ ਫਿਰ ਦੁਬਾਰਾ ਇਹਨਾਂ ਦਾ ਫੋਨ ਆਇਆ ਮੈਨੂੰ ਇਹ ਕਹਿੰਦੇ ਵੀ ਉਹਨਾਂ ਦੀ ਘਰੇ ਫੋਨ ਆ ਗਿਆ ਵੀ ਉਹ ਸ਼ੰਭੂ ਕੋਲ ਟਰੈਕ ਦੇ ਨਾਲ ਕਿਤੇ ਪਏ ਨੇ ਮੇਰੇ ਉਦੋਂ ਹੀ ਫਿਰ ਮਗਰ ਜਿਹੜੀ ਟ੍ਰੇਨ ਫਾਸਟ ਟ੍ਰੇਨ 100-110 ਕਿਲੋਮੀਟਰ ਸਪੀਡ 'ਤੇ ਟ੍ਰੇਨ ਚੱਲਦੀ ਹੈ ਜੇ ਡਿੱਗੇ ਦਾ ਸਟੋਪੇਜ ਹੀ ਲੁਧਿਆਣੇ ਜਾ ਕੇ ਆ ਅੰਬਾਲੇ ਕੋਲ ਵੀ ਉਹਦੇ 'ਚ ਡਿੱਗ ਕੇ ਬਗੈਰ ਕੀ ਬਚਣਾ ਫਿਰ ਵਡੇਰੀ ਉਮਰ ਦੇ ਕੋਈ 78 ਸਾਲ ਦੇ ਵਿੱਚ ਸੋ ਥੋੜ੍ਹੇ ਚਿਰ ਬਾਅਦ ਫਿਰ ਆਇਆ ਫੋਨ ਕਿ ਨਹੀਂ ਉਹ ਐਕਸਪਾਇਰ ਹੋਇਆ ਫਿਰ ਮੈਂ ਇਹਨਾਂ ਦੇ ਘਰ ਗਿਆ ਟੱਬਰ ਦੇ ਸਾਰੇ ਗੱਲਾਂ ਬਾਤਾਂ ਕਰਦੀਆਂ ਫਿਰ ਡੈੱਡ ਬੋਡੀ ਲੈਣ ਚਲੀ ਗਈ ਸੋ ਮੇਰੀ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਇਹੀ ਹੈ ਕਿ ਅਸੀਂ ਵੀ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਪ੍ਰੇਰੀਏ ਬੱਚਿਆਂ ਨੂੰ ਵੀ ਆਪਦੇ ਆਪ ਨੂੰ ਵੀ ਜਿਹੜੇ ਅਸੀਂ ਕੋਈ ਵੀ ਕਿਸੇ ਵੀ ਉਮਰ 'ਚ ਕਿਸੇ ਵੀ ਵਰਗ 'ਚ ਬੰਦਾ ਐਵਰੀਬਾਡੀ ਕੈਨ ਡੂ ਐਸੀ ਗੱਲ ਨਹੀਂ ਵੀ ਨਹੀਂ ਹੋ ਸਕਦਾ ਹੌਲੀ 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 ਸਭ ਕੁਝ ਹੋ ਸਕਦਾ ਸੋ ਅਸੀਂ ਨਕਸ਼ੇ ਕਦਮ ਚੱਲਦੇ ਹੋਈਏ ਸੁਰਦਾਰ ਸਿੰਘ ਦੇ ਸਿੰਘ ਧਾਲੀਵਾਲ ਨੂੰ ਇਹੀ ਸ਼ਰਧਾਂਜਲੀ ਹੋਵੇਗੀ ਜੇ ਅਸੀਂ ਹੋਰ ਉਸ ਦਾ ਜਿਹੜਾ ਮਿਸ਼ਨ ਸੀ ਉਸ ਨੂੰ ਅੱਗੇ ਵਧਾਈਏ ਹੋਰ ਨਵੇਂ ਬੱਚਿਆਂ 'ਚ ਇਹ ਚਿਣਗ ਲਾਈਏ ਜਿਹੜੇ ਅਸੀਂ ਆ ਇਸ ਉਮਰ ਦੇ ਗਰੁੱਪ ਦੇ ਬੰਦੇ ਆ ਉਹ ਵੀ ਇਸੇ ਨੂੰ ਕੰਟੀਨਿਊਸਲੀ ਚੱਲਦੇ ਰਹਿਣਗੇ ਇਹੀ ਮੇਰੇ ਵੱਲੋਂ ਸ਼ਰਧਾਂਜਲੀ ਹੈ ਮੈਂ ਆਪਣੇ ਡਿਸਟ੍ਰਿਕਟ ਮਾਸਟਰ ਐਥਲੈਟਿਕ ਐਸੋਸੀਏਸ਼ਨ ਲੁਧਿਆਣਾ ਦਾ ਜਨਰਲ ਸੈਕਟਰੀ ਹਾਂ ਮੈਂ ਹੀ ਇਹਨਾਂ ਨੂੰ ਲੈ ਕੇ ਜਾਂਦਾ ਹੁੰਦਾ ਸੀ ਔਰ ਪੰਜਾਬ ਦਾ ਮੈਂ ਇਸੇ ਐਸੋਸੀਏਸ਼ਨ ਦਾ ਸਕੱਤਰ ਸੋਰੀ ਕੈਸ਼ੀਅਰ ਸੋ ਮੇਰੇ ਵੱਲੋਂ ਪੰਜਾਬ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਔਰ ਲੁਧਿਆਣਾ ਡਿਸਟ੍ਰਿਕਟ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਜਿੱਥੇ ਵੀ ਹੋਣ ਜਿਸ ਰੂਪ 'ਚ ਵੀ ਹੋਣ ਵਾਹਿਗੁਰੂ ਉਹਨਾਂ ਦੀ ਪਿੱਠ 'ਤੇ ਹੱਥ ਰੱਖੇ ਪਿੱਛੋਂ ਪਰਿਵਾਰ ਜਿਹੜਾ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਬੱਚੇ ਜਿਹੜੇ ਨੇ ਵਧਣ ਫੁੱਲਣ ਵਰਛ ਕੇ ਰੁਜ਼ਗਾਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਗੁਆਂਢੀ ਸਰਦਾਰ ਜਸਵੰਤ ਸਿੰਘ ਜੀ ਜਿਹੜੇ ਕਿ ਤਰਕਸ਼ੀਲ ਸੁਸਾਇਟੀ ਦੇ ਲੁਧਿਆਣੇ ਦੇ ਪ੍ਰਧਾਨ ਨੇ ਉਹ ਪਲੀਜ਼ ਸਪੀਕਰ 2 ਦਿਨ ਕੀ ਨੇ ਕਿਉਂਕਿ ਟਾਈਮ ਬਹੁਤ ਹੋ ਗਿਆ ਸਿਰਫ 2-2 ਮਿੰਟ ਪਲੀਜ਼ ਲਿਓ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਹਾਈਲਾਈਟ ਕਰਨ ਸਾਡੇ ਪਿਆਰੇ ਸਾਰੇ ਸਰਦਾਰ ਸੁਖਦੇਵ ਸਿੰਘ ਧਾਲੀਵਾਲ ਜੀ ਅਤੇ ਤੁਸੀਂ ਸਾਰੇ ਵੀਰ ਅਤੇ ਭੈਣ ਜਿਹੜੇ ਉਹਨਾਂ ਦੇ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕਰਨ ਆਏ ਹਾਂ ਧਾਲੀਵਾਲ ਸਾਹਿਬ ਬਾਰੇ ਜਿਵੇਂ ਸੰਧੂ ਸਾਹਿਬ ਦੱਸ ਕੇ ਗਏ ਹੈ ਪਹਿਲੀ ਗੱਲ ਤਾਂ ਉਹਨਾਂ ਦੇ ਮਿਹਨਤੀ ਸੁਭਾਅ ਨੂੰ ਉਹਨਾਂ ਦੀ ਦ੍ਰਿੜਤਾ ਨੂੰ ਸਲਾਮ ਕਰਨ ਨੂੰ ਦਿਲ ਕਰਦਾ
क्योंकि वह यही शख्सियत सी जिन्होंने वो गल् झूठिया सिद्ध कर दिया जो साडे समाज के विचार पर चलते सन। खास तौर पर उम्र न जुड़िया हुई गल् भी आह गल आह तो गल जवानी के ही हो सकती है, बुढ़ापे से नहीं हो सकती। उन्होंने सब तो पहला ITI चो सेवा मुक्त होके रिटायरमेंट होके 58 साल की उम्र तो बाद दौड़ना शुरू किया। इस किते दे विच उन्होंने कामयाबियां नहीं प्राप्त कीतियां सगो देश दे विच देश पत्तर दे उत्ते अपना नाम रोशन किया। इस तो बिना इस समाज दे विच जो गलत कदर कीमत चल रही ने इस समाज में शरीरक तौर पर ही नहीं सगो दिमागी तौर पर भी वह तकड़ा करने के बधाई से तरसी सैटी उन्होंने वाह पिछले 4 साल तो पिया मेरे घरे गए जो पहली बार उन्होंने इच्छा जहा की कि मैं थोड़ा मैगजीन दवाना चाहना तो लगातार 2-2 साल रचन का उस मैगजीन का भरते रहे ने तो सीख के अखीर के साल पहला वह इस संस्था के मैंबर बने। उन्होंने सारा कुछ समझ लिया, उन्होंने इस गल की जानकारी हो चुकी सी कि इस धरती के उत्ते जे लोग माड़ी जिंदगी बतीत कर रहे हैं तो उस माड़ी जिंदगी के कारण किसी कोई उपर व्यो माता के लेख लिखे कारण नहीं है, किसी पिछले जन्मा कर्मा के फल इस जन्म के उन्होंने फल नहीं मिलता है, उन्होंने कारण की है दुखों का वो इस धरती के उत्ते साडे देश के गलत प्रबंधा की कारण है। उन्होंने सारा कुछ समझे ये समझने तो बाद उन्होंने कारणों दूर करने के उपराले करने यतनशील हुए। तरसी सिटी जिथे लोगों तरह तरह के अंधविश्वासा वहमां भरमां तो मुक्त करके एक वधिया जिंदगी जीवन योग राह दर्शाती है उस संस्था के अंग संग रह के साढ़े साथी सुखदेव धालीवाल जी ने जदों तक भी वह ज्योए ने उन्होंने पूरा उतरे इस तो सीख के उन्होंने अपना शरीर दान उन्होंने इस गल की जानकारी हो चुकी सी पिरत भी उन्होंने पाई तो उन्होंने पूरा करने की कोशिश की भावें एक हादसे दौरान मौत हो जाने करके उन्होंने वो इच्छा जी शरीर दान करने की पूरी नहीं की जा सकी। अफसोस है सबू इस गल का, उन्होंने पता सी जान लिया कि जेड़े जड़िया गल् साडे समाज के कीतियां जांदियां कि मनुख का कोई हड भी कम नहीं आता जिवें धारणा एक पढ़ी जाती है कि तेरा चम नहीं किसी काम आना पशुओं के हड वेखते। उन्होंने इस गल भी सिद्ध करने लई झूठा सिद्ध करने लई अपना शरीर किसी खोज कार ना करना करके किसी हस्पताल में दान करने की अपने फार्म जिहड़े भर दिते सी कि मरन तो बाद मेरी अखां मेरे गुरदे जो भी इस शरीर का भी कम आ सकता है खोज के कम आ सकता कोई भी अंग वो हस्पताल के मेरा शरीर का जो दिता जाता। पर अफसोस कि वो उन्होंने वो इच्छा जी है लेट पता कर लगन कारण वो पूरी नहीं की जा सकी। सानू इस गल का अफसोस भी है कि आने वाले समय से असं प्रण करते हैं कि उन्होंने जो जो समाज इस धरती वेखण का सुपना लिया से दुखा सुखा तो रहित कोई भी धरती कोई भी मनुख इतने दुखी ना रहे उस स्वर्ग की प्राप्ति जिहड़ी मरण तो बाद
ਸਾਨੂੰ ਦੱਸਿਆ ਜਾਂਦਾ ਵੀ ਮਰਨ ਤੋਂ ਬਾਅਦ ਕਿਸੇ ਨੇ ਨਰਕ 'ਚ ਜਾਣਾ, ਕਿਸੇ ਨੇ ਸਵਰਗ 'ਚ ਜਾਣਾ। ਪਰ ਸਾਡੇ ਧਾਲੀਵਾਲ ਨੂੰ ਇਹ ਗੱਲ ਸਮਝ ਲੱਗ ਗਈ ਸੀ ਕਿ ਉੱਪਰ ਕਿਤੇ ਵੀ ਕੋਈ ਵਿਉਹ ਮਾਤਾ, ਕਿਤੇ ਵੀ ਕੋਈ ਧਰਮਰਾਜ ਨਰਕ ਸਵਰਗ ਦੇ ਵਿੱਚ ਨਹੀਂ ਬੈਠਾ ਹੈ। ਉਹ ਸਵਰਗ ਜਿਹਦੇ ਆਸ ਸਾਨੂੰ ਮਰਨ ਤੋਂ ਬਾਅਦ ਨਾਲੇ ਲਾਏ ਜਾਂਦੇ ਹੈ, ਉਹ ਸਵਰਗ ਜੇ ਹੈ ਤਾਂ ਇਸੇ ਧਰਤੀ ਦੇ ਉੱਤੇ ਪੈਦਾ ਕੀਤਾ ਜਾ ਸਕਦਾ। ਅਤੇ ਉਹ ਉਸ ਰਸਤੇ 'ਤੇ ਸਾਡਾ ਵੀਰ ਚੱਲਿਆ, ਇਸ ਧਰਤੀ ਦੇ ਉੱਤੇ ਵਧੀਆ ਜ਼ਿੰਦਗੀ ਜਿਉਣ ਯੋਗ ਬਿਰਤਾ ਪਾਉਣ ਲਈ ਉਹਨੇ ਆਪਣੀ ਜ਼ਿੰਦਗੀ ਲੇਖੇ ਲਾਈ ਹੈ। ਸੋ ਉਹ ਸਵਰਗ ਜਿਹੜਾ ਮਰਨ ਤੋਂ ਬਾਅਦ ਸਾਨੂੰ ਦੱਸਿਆ ਜਾਂਦਾ, ਇਸੇ ਧਰਤੀ ਦੇ ਉੱਤੇ ਸਖ਼ਤ ਮਿਹਨਤ ਨਾਲ ਉਹ ਗੱਲਾਂ ਸਾਰੀਆਂ ਸਮਝ ਕੇ ਉਹ ਜਿਹੜਾ ਸਵਰਗ ਹੈ ਇਸ ਧਰਤੀ 'ਤੇ ਪੈਦਾ ਕੀਤਾ ਜਾ ਸਕਦਾ। ਕਿ ਜੇ ਅਸੀਂ ਸਾਰੇ ਭੈਣ ਭਰਾ ਇਹਨਾਂ ਗੱਲਾਂ ਨੂੰ ਸਮਝ ਕੇ ਕੋਸ਼ਿਸ਼ ਕਰੀਏ ਇਸ ਗੱਲ ਨੂੰ ਅੱਗੇ ਤੋਰਨ ਦੀ। ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਆਉਣ ਵਾਲੇ ਸਮੇਂ 'ਚ ਆਸ ਕਰਦੇ ਹਾਂ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਕੇ ਉਹਨਾਂ ਦੇ ਪੂਰਨ ਆ ਇਹ ਚੱਲਣ ਦੀ ਕੋਸ਼ਿਸ਼ ਕਰੀਏ। ਇਹੀ ਸਾਡੇ ਉਸ ਦੇ ਸੁਖਦੇਵ ਧਾਲੀਵਾਲ ਜੀ ਨੂੰ ਸੱਚੀ ਦੇ ਸੁੱਚੀ ਸ਼ਰਧਾਂਜਲੀ ਵੀ ਹੋਊਗੀ। ਉਹਨਾਂ ਦੇ ਪੂਰਨਿਆਂ 'ਤੇ ਚੱਲਣ ਲਈ ਅਸੀਂ ਕਰਮ ਦਰ ਕਰਮ ਹੋ ਕੇ ਅੱਗੇ ਵੱਧ ਕੇ ਉਹ ਜ਼ਿੰਦਗੀ ਦੇ ਵਿੱਚ ਉਹ ਪ੍ਰਾਪਤੀਆਂ ਕਰਨ ਲਈ ਅੱਗੇ ਆਈਏ, ਤਾਂ ਕਿ ਉਹਨਾਂ ਨੇ ਜਿਹੜੇ ਉਹ ਸੋਚੀਆਂ ਹੋਈਆਂ ਸੁਪਨੇ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼ਰਧਾਂਜਲੀ ਸਮਾਰੋਹ ਦਾ ਇਕੱਠ ਜਿਸ ਤਰ੍ਹਾਂ ਸ਼ਹਿਰ ਨੇ ਕਿਹਾ, ਹਾਲਾਂਕਿ ਤੁਰਬਤ ਮੇਰੇ ਘਰ 'ਚ ਦੂਰ ਨਹੀਂ ਪਹੁੰਚਿਆ, ਮੇਰਾ ਜਨਾਜ਼ਾ ਕੰਧੇ ਵਧੇ ਵਧੇ ਕਰੇ। ਇੰਨਾ ਇਕੱਠ ਦੱਸਦਾ ਇਹਦੇ ਸ਼ਮੂਲੀਅਤ ਹੋਣਾ ਕਿ ਉਹ ਹਰਦੇ ਨਜ਼ੀਰ ਸੀ ਕਿੰਨਾ ਇੰਨਾ ਗਿਆ। ਹੁਣ ਸਾਡੇ ਕੋਲ ਜਿਹੜੇ ਵਿਅਕਤੀ ਨਹੀਂ ਆ ਸਕੇ ਜਾਂ ਇੰਸਟੀਟਿਊਸ਼ਨ ਨਹੀਂ ਆ ਸਕੀਆਂ, ਉਹਨਾਂ ਵੱਲੋਂ ਸ਼ੋਰ ਤੋਂ ਮਤੇ ਪਹੁੰਚੇ ਨੇ ਸਟਾਫ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ, ਜਨਰਲ ਸਕੱਤਰ ਜ਼ਿਲ੍ਹਾ ਰੋਨਰ ਸਕੇਟਿੰਗ ਐਸੋਸੀਏਸ਼ਨ ਲੁਧਿਆਣਾ ਸਰਕਾਰ ਜਸਵੀਰ ਸਿੰਘ ਧਾਲੀਵਾਲ, ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਸਾਡੀ ਆਪਦੀ ਹੈ ਇਹ, ਜਿਹਦੇ ਇਹ ਸਾਡੇ ਮੈਂਬਰ ਵੀ ਸੀਗੇ, ਪ੍ਰਿੰਸੀਪਲ ਦੇ ਸਟਾਫ, ਬੀ ਸੀ ਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਜਿੱਥੇ ਇਹਨਾਂ ਦੀ ਨੂੰਹ ਰਾਣੀ ਸਰਵਿਸ ਕਰਦੇ ਨੇ, ਔਰ ਸ਼ਹੀਦ ਭਗਤ ਸਿੰਘ ਮੋਰਨਿੰਗ ਵਾਕਰ ਕਲੱਬ ਜੀ ਦਾ ਮੈਂ ਪਹਿਲਾਂ ਜ਼ਿਕਰ ਕਰਿਆ, ਉਹਨਾਂ ਨੇ ਵੀ ਸ਼ੋਕ ਸੰਦੇਸ਼ ਭੇਜਿਆ, ਔਰ ਲੁਧਿਆਣਾ ਰਨਰਜ ਕਲੱਬ ਜਿਹੜੇ ਰੇਸ ਲਾਉਂਦੇ ਨੇ ਉਹ ਕਲੱਬ ਵੱਲੋਂ ਵੀ ਸ਼ੋਕ ਸੰਦੇਸ਼ ਆਇਆ, ਔਰ ਇਹਨਾਂ ਦੀ ਆਪਣੀ ਜਿਹੜੀ ਪੇਰੈਂਟਲ ਜਿੱਥੋਂ ਇਹ ਆਪਣੀ ਕਰਦੇ ਸੀ ਨੌਕਰੀ ਕਰਦੇ ਸੀ ਆਈ ਟੀ ਆਈ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਵੀ ਸੰਦੇਸ਼ ਆਇਆ, ਜਿਹਦੇ ਵਿੱਚ ਉਹਨਾਂ ਨੇ ਦੁੱਖ ਦਾ ਅਹਿਸਾਸ ਕੀਤਾ ਔਰ ਪਰਿਵਾਰ ਨਾਲ ਸਾਂਝਾ ਕੀਤਾ। ਹੁਣ ਮੈਂ ਦੋ ਮਿੰਟ ਵਾਸਤੇ ਹੀ, ਸਿਰਫ ਦੋ ਮਿੰਟ ਵਾਸਤੇ ਕਹਾਂਗਾ, ਸਰਦਾਰ ਸੁਖਦੇਵ ਸਿੰਘ ਰਿਟਾਇਰਡ ਪ੍ਰਿੰਸੀਪਲ, ਉਹ ਦੋ ਮਿੰਟ ਵਾਸਤੇ ਸੰਗਤਾਂ ਦੇ ਦਰਸ਼ਨ ਕਰਨਗੇ। ਪਲੀਜ਼ ਬੀ ਸ਼ੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਬਾਣੀ ਗੌੜੀ ਪਾਵਨ ਵੱਖਰੀ ਵਿੱਚ ਪਾਤਸ਼ਾਹ ਦਾ ਬੜਾ ਸੁੰਦਰ ਸ਼ਬਦ ਹੈ, ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇਹ ਕਾ ਬਿਰਮ ਨਾ ਕਰ ਉਮੀਦ, ਨਹਿ ਪਾਰ ਨਹਿ ਜੋਬਨ ਨਹਿ ਬਿਰਦੀ ਕਛ ਬੰਧ, ਉਹ ਬੇਰਾ ਨਾ ਬੂਝਈ ਜੋ ਆਏ ਹਰੇ ਜਮ। ਸਰਦਾਰ ਸੁਖਦੇਵ ਸਿੰਘ ਧਾਲੀਵਾਲ ਇਸ ਸ਼ਬਦ ਦੀ ਭਾਵਨਾ ਦੀ ਸਾਡੇ ਕੋਲ ਚਲੇ ਜਾਏ, ਵੱਡੇ ਦੁੱਖ ਦੀ ਗੱਲ ਕਰ, ਲੇਕਿਨ ਸੰਸਾਰਿਕ ਜੀਵ ਕੁਝ ਕਰਨ ਯੋਗ ਨੇ। ਮੇਰੇ ਹਰ ਜੀਓ ਸਭ ਕੋ ਤੇਰੇ ਵਾਸਤੇ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਖੇ, ਜਿਉਂ ਭਾਵੈ ਤਿਉਂ ਬਖਸ਼। ਐਸੀ ਧਾਲੀਵਾਲ ਸਾਹਿਬ ਨਾਲ ਮੇਰੇ ਲਗਭਗ 23-24 ਸਾਲ ਤੋਂ ਪਰਿਵਾਰ, ਬੀਬੀ ਮਨਜੀਤ ਕੌਰ, ਸਰਦਾਰ ਸੁਖਦੇਵ ਸਿੰਘ ਅਕਸਰ ਸਾਡੇ ਪਰਿਵਾਰ ਸੰਬੰਧ ਹੁੰਦਿਆਂ ਨਾਲ ਜਾਂਦੇ ਰਹਿੰਦੇ ਸਨ। ਕੁਝ ਹੀ ਦਿਨ ਪਹਿਲਾਂ ਬੀਬੀ ਮਨਜੀਤ ਕੌਰ ਮੇਰੇ ਘਰ ਦੱਸ ਕੇ ਆਏ ਸਨ ਕਿ ਦਿੱਲੀ ਜਾ ਰਹੇ ਨੇ ਉਹਨਾਂ ਦਾ ਮੁਕਾਬਲਾ, ਲੇਕਿਨ ਉਸ ਤੋਂ ਬਾਅਦ ਜੋ ਕੁਝ ਸੁਣਨਾ ਪਿਆ ਹੈ ਉਹ ਬਹੁਤ ਦੁੱਖ ਭਰਿਆ ਹੈ।
ਕੋਈ ਵਸ ਨਹੀਂ। ਮੈਂ ਸਮੇਂ ਨੂੰ ਸੰਕੋਚਦਾ ਹੋਇਆ ਆਪਣੇ ਵੀਰ ਨੂੰ ਸ਼ਰਧਾ ਬੀਬੀ ਮਨਜੀਤ ਕੌਰ ਉਹਨਾਂ ਦੇ ਪਰਿਵਾਰ ਨਾਲ ਆਪਣੀ ਵੱਡੀ ਹਮਦਰਦੀ ਇਜ਼ਹਾਰ ਕਰਦਾ ਹਾਂ। ਪਾਤਸ਼ਾਹ ਸਾਨੂੰ ਇੰਨੀ ਸਮਰਥ ਬਖਸ਼ਣ, ਅਸੀਂ ਭਾਈ ਸਾਹਿਬ ਭਾਈ ਗੁਰਦਾਸ ਦੇ ਸ਼ਬਦ ਨਾਲ ਸਹਿਮਤ ਹੋ ਸਕੀਏ। ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਪੈਰੀ ਪੈ ਪਾਖਾਕ ਹੋਏ ਫਿਰ ਦਰਗਹਿ ਪਾਵੈ ਮਾਣ ਨਿਮਾਣਾ, ਵਰਤਮਾਨ ਵਿੱਚ ਵਰਤਦਾ ਹੋਵਨ ਹਾਸ ਸੋਈ ਪਰਵਾਣਾ, ਫਿਰ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਸਾਡੇ ਵਾਸਤੇ ਇਹੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਨਿੰਦਰ ਸਿੰਘ ਜੋ ਕਿ ਪੱਤਰਕਾਰ ਨੇ ਵੀ ਨਾਮ ਕਈ ਅਖਬਾਰਾਂ ਦੇ ਪੱਤਰਕਾਰ ਨੇ, ਉਹ ਇੱਕ ਮਿੰਟ ਵਾਸਤੇ ਸੰਗਤ ਨੂੰ ਦਰਸ਼ਨ ਕਰਨਗੇ ਔਰ ਸ਼ਰਧਾਂਜਲੀ ਭੇਟ ਕਰਨਗੇ। ਸਾਰੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੇ ਤੋਂ ਪਹਿਲਾਂ ਧਾਲੀਵਾਲ ਸਾਹਿਬ ਸਾਰਾ ਧਿਆਨ ਕਰ ਦਿੱਤਾ। ਮੈਂ ਤਾਂ ਉਹਨਾਂ ਬਾਰੇ ਪਿਛਲੇ ਲੰਬੇ ਸਮੇਂ ਤੋਂ ਮਿਲਦੇ ਆਏ ਹਾਂ। ਜੋ ਦਸੰਬਰ ਦੇ ਵਿੱਚ ਅਸੀਂ ਇੱਕ ਮੈਰਿਜ 'ਤੇ ਗਏ, ਸਾਰੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਜਿੰਨੇ ਵੀ ਮੈਂਬਰ ਸੀਗੇ, ਉਸ ਮੈਰਿਜ ਦੇ ਵਿੱਚ ਤਕਰੀਬਨ ਇੱਕ ਘੰਟਾ ਧਾਲੀਵਾਲ ਸਾਹਿਬ ਨੇ ਉੱਥੇ ਖੁਸ਼ੀ ਮਨਾਈ। ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ, ਜਿੰਨੇ ਨਵੀਂ ਉਮਰ ਦੇ ਮੁੰਡੇ ਸੀਗੇ ਔਰ ਉਹਨਾਂ ਨਾਲ ਆ ਕੇ ਉਹ ਆਪਣਾ ਡਾਂਸ ਕਰਦੇ ਸੀ, ਪਰ ਧਾਲੀਵਾਲ ਸਾਹਿਬ ਨੇ ਪੂਰਾ ਸਾਰਿਆਂ ਨੂੰ ਹਰਾਉਣ ਤੋਂ ਬਾਅਦ ਫਿਰ ਵੀ ਉਹਨਾਂ ਦਾ ਜਿਹੜਾ ਮਨ ਸੀਗਾ ਇਹ ਉਹਨਾਂ ਦੀ ਇੰਨਾ ਸਟੈਮਿਨਾ ਸੀਗਾ ਉਹਨਾਂ ਦੇ ਵਿੱਚ। ਅਤੇ ਦੂਸਰੀ ਗੱਲ, ਕਿਉਂਕਿ ਸਮਾਂ ਬਹੁਤ ਹੋ ਚੁੱਕਿਆ, ਉਹਨਾਂ ਦੀ ਇੱਕੋ ਹੀ ਗੱਲ ਹੁੰਦੀ ਸੀ ਵੀ ਜਿਹੜੇ ਇਲਾਕੇ 'ਚ ਜਾਂ ਪਿੰਡ 'ਚ ਜਾਂ ਨਗਰ 'ਚ ਜਾਂ ਸ਼ਹਿਰ 'ਚ ਪਾਰਕਾਂ 'ਚ ਖੇਡ ਮੈਦਾਨਾਂ 'ਚ ਰੌਣਕਾਂ ਲੱਗਦੀਆਂ ਨੇ, ਉਹਨਾਂ ਇਲਾਕਿਆਂ ਦੇ ਵਿੱਚ ਹਰ ਤਰ੍ਹਾਂ ਦੀ ਭੀੜ ਘੱਟ ਹੁੰਦੀ ਹੈ। ਅੱਜ ਉਸ ਮਹਾਨ ਸ਼ਖਸੀਅਤ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ। ਮੇਰੇ ਤੋਂ ਪਹਿਲਾਂ ਸੰਧੂ ਸਾਹਿਬ ਨੇ ਵੀ ਇਹੀ ਗੱਲ ਕਹੀ ਆ ਅਤੇ ਮੈਂ ਵੀ ਉਹੀ ਗੱਲ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਸਾਰੇ ਜਿੱਥੇ ਵੀ ਆਪਾਂ ਬੈਠੇ ਹਾਂ ਆਪਣੇ ਏਰੀਏ ਦੇ ਕੋਈ ਪਾਰਕ ਆ, ਕੋਈ ਖੇਡ ਮੈਦਾਨ ਆ, ਸਵੇਰੇ ਸ਼ਾਮ ਇੱਕ ਟਾਈਮ ਚਾਹੇ ਦੋ ਟਾਈਮ ਜ਼ਰੂਰ ਪਾਰਕਾਂ ਦਾ ਖੇਡ ਮੈਦਾਨਾਂ 'ਚ ਜਾਇਆ ਕਰੋ, ਤਾਂ ਜੋ ਜਿਵੇਂ ਉਹਨਾਂ ਨੇ ਆਪਣੀ ਸਿਹਤ ਨੂੰ ਇੰਨਾ ਜਵਾਨ ਰੱਖਿਆ ਹੋਇਆ ਸੀਗਾ। ਅਸੀਂ ਸਾਰੇ ਕਲੱਬ ਵਾਲੇ ਇਹ ਗੱਲ ਬੜੇ ਮਾਣ ਨਾਲ ਕਹਿੰਦੇ ਸੀ ਵੀ ਜੇ ਕੁਦਰਤ ਵੱਲੋਂ ਇਹ ਭਾਣਾ ਨਾ ਵਾਪਰਦਾ ਤਾਂ ਉਹ ਇੱਕ ਸਦੀ ਤੋਂ ਵੀ ਪਾਰ ਇਹ ਜੀਵਨ ਦੇ ਆਨੰਦ ਮਾਣ ਜਾਂਦੇ ਸੀਗੇ। ਅਤੇ ਮੇਰੀ ਤੁਹਾਨੂੰ ਇਹੀ ਸੱਚੀ ਸ਼ਰਧਾਂਜਲੀ ਆਪਾਂ ਸਾਰਾ ਰਲ ਕੇ ਦੇਣੀ ਆ। ਔਰ ਆਪਾਂ ਸਾਰਿਆਂ ਨੇ, ਕਿਉਂਕਿ ਮੈਂ 2015 ਦੇ ਵਿੱਚ ਮੇਰੀ ਵਾਈਫ ਦੀ ਡੈਥ ਹੋਈ ਔਰ ਮੈਨੂੰ ਜਿੰਨਾ ਇਹਨਾਂ ਨੇ ਹੌਸਲਾ ਦਿੱਤਾ, ਬੱਚਿਆਂ ਤੋਂ ਵੀ ਮੇਰੇ ਬਾਪ ਤੋਂ ਵੀ ਵੱਧ ਮੈਨੂੰ ਇਹਨਾਂ ਨੇ ਹੌਸਲਾ ਦਿੱਤਾ ਔਰ ਮੈਨੂੰ ਉਹਦੇ ਨਾਲ ਬਹੁਤ ਹੌਸਲਾ ਮਿਲਿਆ। ਔਰ ਸਾਡਾ ਹੀ ਫਰਜ਼ ਬਣਦਾ ਇਸ ਪਰਿਵਾਰ ਦੇ ਨਾਲ ਸਾਰੇ ਆਪਾਂ ਰਲ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦੇ ਨਾਲ ਅੱਜ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਇਹਨਾਂ ਦਾ ਸਾਥ ਦੇਈਏ। ਇੰਨਾ ਕਹਿੰਦਾ ਹੋਇਆ ਮੈਂ ਕਿਵੇਂ ਦਾ ਜਸ ਕਿਉਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਰੇ ਪਰਿਵਾਰ ਵੱਲੋਂ ਜਿਹੜੀ ਵੀ ਸਾਧ ਸੰਗਤ ਦੂਰ ਦਰਾਜ ਤੋਂ ਆਈ ਹੈ, ਕੋਈ ਮਾਈ ਭਾਈ ਭੈਣ ਬਜ਼ੁਰਗ ਜਾਂ ਕੋਈ ਚੀਜ਼ਾਂ ਦੀ ਦਰਸ਼ਕੀਆਂ ਨੇ ਪਹੁੰਚੀਆਂ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਉਡਾਇਆ ਔਰ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀ। ਹੁਣ ਪਰਿਵਾਰ ਵੱਲੋਂ ਬੇਨਤੀ ਹੈ ਕਿ ਜੇ ਜਿਹਨਾਂ ਨੇ ਲੰਗਰ ਨਹੀਂ ਛਕਿਆ ਹਜੇ ਤੱਕ, ਉਹ ਲੰਗਰ ਛੱਕ ਕੇ ਜਾਣ ਔਰ ਚਾਹ ਦਾ ਲੰਗਰ ਹੈ, ਸਾਰੇ ਚਾਹ ਦਾ ਲੰਗਰ ਛਕੇ ਤੋਂ ਬਿਨਾਂ ਕੋਈ ਵਿਅਕਤੀ ਨਾ ਜਾਵੇ। ਹੁਣ ਦੇਗ ਵਰਤੇਗੀ, ਉਸ ਤੋਂ ਬਾਅਦ ਵੀ ਪ੍ਰਸ਼ਾਦਾ ਔਰ ਚਾਹ ਪਾਣੀ ਪੀ ਕੇ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਪਤਾ ਹੀ ਸ਼ਾਮਿਲ ਹੋ ਗਿਆ।